ਇਸ ਵਿੱਚ ਟਾਣਾ ਸਾਹਿਬ ਇੱਕ ਹੋਰ ਖਬਰ ਛੱਪੀ ਹੈ ਕਾਫੀ ਵਾਇਰਲ ਵੀ ਹੋ ਰਹੀ ਹੈ ਇਹ ਸੋਸ਼ਲ ਮੀਡੀਆ ਤੇ ਇਹਦੇ ਵਿੱਚ ਲਿਖਿਆ ਹੋਇਆ ਹੈ ਕਿ ਖਜ਼ਾਨੇ ਦੇ ਪੈਸੇ ਦੀਆਂ ੱਝੀਆਂ ਆਰਡ ਰਹੀਆਂ ਨੇ ਕਿੱਦਾਂ ਆਰਡ ਰਹੀਆਂ ਨੇ ਕਿ ਮੁੱਖ ਮੰਤਰੀ ਸਾਹਿਬ 10 ਮਿੰਟਾਂ ਦੇ ਸਫ਼ਰ ਲਈ ਵੀ ਹੈਲੀਕਾਪਟਰ ਦੀ ਵਰਤੋਂ ਕਰ ਰਹੇ ਨੇ 72 ਦਿਨਾਂ ਦੇ ਵਿੱਚ ਉਹਨਾਂ ਨੇ 201 ਵਾਰ ਉਹਨਾਂ ਦਾ ਹੈਲੀਕਾਪਟਰ ਉੱਡਿਆ ਕਿੰਜ ਦੇਖਦੇ ਹਾਂ ਕਿਉਂਕਿ ਬੋਝ ਤਾਂ ਸਾਰਾ ਆਪਣੀ ਹੀ ਜੇਬ ਤੇ ਪੈ ਰਿਆ ਨਾ ਜਨਤਾ ਦੀ ਜੇਬ ਤੇ ਪੈ ਰਿਆ ਨਾ ਕਿ ਆਮ ਮੁੱਖ ਮੰਤਰੀ ਸਾਹਿਬ ਨੇ ਜੇ ਕਿਤੇ ਖਾਸ ਵਾਲੇ ਹੁੰਦੇ ਤੇ ਕੈਪਟਨ ਵਰਗੇ ਹੁੰਦੇ ਦੇਖੋ ਇਹ ਦੁੱਖ ਦੀ ਗੱਲ ਹੈ ਵੀ ਜਿਹੜੀ ਵੀ ਪਾਰਟੀ ਦੀ ਮਰਜ਼ੀ ਸਰਕਾਰ ਆਉਂਦੀ ਹੈ ਉਹ ਖਜ਼ਾਨੇ ਦੀਆਂ ਫੱਕੀਆਂ ਇਸੇ ਤਰੀਕੇ ਨਾਲ ਉਡਾਉਂਦੀ ਹੈ ਲੋਕਾਂ ਲਈ ਖਜ਼ਾਨੇ ਵਿੱਚ ਪੈਸਾ ਕਦੇ ਹੋਇਆ ਹੀ ਨਹੀਂ ਤੁਸੀਂ ਵਿੱਤ ਮੰਤਰੀ ਸਾਹਿਬ ਨੂੰ ਹੁਣ ਪੁੱਛ ਲਓ ਕਹਿੰਦੇ ਖਜ਼ਾਨੇ 'ਚ ਪੈਸਾ ਹੋਇਆ ਹੀ ਨਹੀਂ ਇਹ ਤਾਂ ਕਰੋਨਾ ਦਾ ਇੱਕ ਬਹਾਨਾ ਹੈਗਾ ਇਹਨਾਂ ਦੇ ਕੋਲ ਲਓ ਜੀ 2 ਸਾਲ ਦੇ ਲਈ ਤਾਂ ਕਰੋਨਾ ਆ ਗਿਆ ਸਾਰਾ ਕੰਮ ਕਾਜ ਬੰਦ ਰਿਹਾ ਸਾਡਾ ਤਾਂ ਕੋਈ ਪੈਸਾ ਆਇਆ ਹੀ ਨਹੀਂ ਟੈਕਸ ਦੇ ਰੂਪ ਦੇ ਵਿੱਚ ਵੀ ਅਸੀਂ ਤਾਂ ਲੁੱਟੇ ਗਏ ਅਸਦਾ ਪੱਟੇ ਗਏ ਉਸ ਤੋਂ ਪਹਿਲਾਂ ਕਹਿ ਦੇਣਗੇ ਕਿ ਪਿਛਲੀ ਸਰਕਾਰ ਨੇ ਨੁਕਸਾਨ ਹੀ ਨਾ ਕੀਤਾ ਸੀ ਪਰ ਭਾਈ ਨਹੀਂ ਹੋਈ ਫਿਰ ਕਰੋਨਾ ਆ ਗਿਆ ਹੁਣ ਸਰਕਾਰ ਨਵੀਂ ਆ ਜਾਣੀ ਹੈ ਸੋ ਇਹਨਾਂ ਦੇ ਕੋਲੇ ਬਹਾਨੇ ਹੈਗੇ ਵੱਖ-ਵੱਖ ਤਰ੍ਹਾਂ ਦੇ ਪਰ ਚੰਨੀ ਸਾਹਿਬ ਨੂੰ ਬੇਨਤੀ ਹੈ ਵੀ ਜੇਕਰ ਤੁਹਾਡੇ ਕੋਲੇ ਆਮਦਨ ਦੇ ਵਸੀਲੇ ਘਟਾ ਤੁਸੀਂ ਆਪਦੇ ਹੈਲੀਕਾਪਟਰ ਨੂੰ ਸਕੂਟਰ ਕਿਹੜੀ ਗੱਲੋਂ ਬਣਾਈ ਫਿਰਦੇ ਆ ਐ ਤਾਂ ਕੋਈ ਚੇਤਕ ਸਕੂਟਰ ਨਹੀਂ ਲੈ ਕੇ ਫਿਰਦਾ ਜਿਵੇਂ ਕਿ ਤੁਸੀਂ ਹੈਲੀਕਾਪਟਰ ਲਈ ਫਿਰਦੇ ਆ ਆ ਜਿਹੜੀ ਤੁਸੀਂ ਲਿਖਿਆ ਹੀ ਆ 10 ਮਿੰਟ ਦੇ ਸਫ਼ਰ ਲਈ ਖਾਤਰ ਉਹ ਗੱਡੀਆਂ ਨਹੀਂ ਸਗੋਂ ਹੈਲੀਕਾਪਟਰ ਦੀ 72 ਦਿਨਾਂ ਦੇ ਵਿੱਚ 200 ਤੇ ਇੱਕ ਵਾਰ ਚੰਨੀ ਸਾਹਿਬ ਦਾ ਇਸ ਇਸ਼ਤਿਹਾਰ ਦੇ ਮੁਤਾਬਕ ਹੈਲੀਕਾਪਟਰ ਉੱਡਿਆ ਜਿਹੜਾ ਕਿ ਵੱਖ-ਵੱਖ ਸ਼ਰੀਕੇ ਭਾਈਚਾਰੇ ਵਾਲੀਆਂ ਪਾਰਟੀਆਂ ਨੇ ਵੀ ਇਹ ਪੋਸਟਰ ਜਿਹੜਾ ਉਹ ਜਾਰੀ ਕੀਤਾ ਸੋਸ਼ਲ ਮੀਡੀਆ ਤੇ ਜੇਕਰ ਇਹ ਗੱਲ ਸੱਚੀ ਹੈ ਤਾਂ ਫਿਰ ਚੰਨੀ ਸਾਹਿਬ ਆਮ ਬੰਦੇ ਚੋਂ ਥੋੜੀ ਆ ਫਿਰ ਚੰਨੀ ਸਾਹਿਬ ਤਾਂ ਖਾਸ ਲੋਕਾਂ ਦੇ ਵਿੱਚ ਹੀ ਹੋਗੇ ਸਾਨੂੰ ਤਾਂ ਇਸ ਗੱਲ ਦੀ ਖੁਸ਼ੀ ਹੋਵੇ ਵੀ ਚੰਨੀ ਸਾਹਿਬ ਜੋ ਕਹਿੰਦੇ ਆ ਸਾਨੂੰ ਇਹ ਲੱਗੇ ਵੀ ਜੇਕਰ ਬੰਦਾ ਕੋਈ ਨਾ ਜਾ ਰਿਹਾ ਇਹ ਬਿਲਕੁਲ ਉਹਦੇ ਵਰਗਾ ਹੀ ਆ ਆ ਪਿਛਲੇ ਦਿਨੀ ਜਦੋਂ ਚੰਨੀ ਸਾਹਿਬ ਇੱਕ ਪਿੰਡ ਦੇ ਵਿੱਚ ਗਏ ਖੰਟ ਪਿੰਡ ਦੇ ਵਿੱਚ ਉਹਨਾਂ ਨੇ ਉੱਥੇ ਹੈਲੀਕਾਪਟਰ ਲਾਇਆ ਜਦੋਂ ਪਤਾ ਲੱਗਾ ਧਿਆਣੇ ਖੇਡਦੇ ਫਿਰਦੇ ਧਿਆਣੇ ਵਿੱਚ ਵੜਲੇ ਉਹਨਾਂ ਦਾ ਭਾਵਨਾ ਭਾਵੇਂ ਚੰਗੀ ਹੋਵੇ ਵੀ ਭਾਈ ਮੈਂ ਨਿਆਣਿਆਂ ਨੂੰ ਝੂਟਾ ਦੇ ਦਿਆਂ ਪਰ ਇਹ ਗੱਲ ਸੱਚੀ ਆ ਵੀ ਜਿਹੜਾ ਨਾ ਹਵਾਬਾਦੀ ਮਹਿਕਮੇ ਦੀ ਇਹ ਜਿਹੜੀ ਅਨੁਸ਼ਾਸਨ ਦੇ ਮੁਤਾਬਕ ਨਿਯਮਾਂ ਦੇ ਮੁਤਾਬਕ ਜਿੰਨੀਆਂ ਬੈਲਟਾਂ ਹੋਣ ਓਨੀਆਂ ਵਿੱਚ ਲੋਕ ਸਫ਼ਰ ਕਰ ਸਕਦੇ ਆ ਇਹ ਕੋ ਲੁਧਿਆਣੇ ਘੰਟਾ ਘਰ ਕੋਲੇ ਆਟੋ ਥੋੜੀ ਫਿਰਨ ਦੇ ਵਿੱਚ ਤੁੰਨੇ ਕਿ ਤਰੇ ਫਿਰਦੇ ਆਪਾ ਸੋ ਇਸ ਕਰਕੇ ਚੰਨੀ ਸਾਹਿਬ ਨੂੰ ਚਾਹੀਦਾ ਜੀ ਕਿ ਖਦਾਨਿਆਂ ਦੇ ਉੱਤੇ ਮਾੜਾ ਮੋਟਾ ਰਹਿਮ ਵੀ ਕਰਨ ਮੈਂ ਹੈਰਾਨ ਹੁੰਨਾ ਕਈ ਵਾਰੀ ਆਪਦੇ ਘਰ ਤੋਂ ਜਿਹੜਾ ਹੈਗਾ ਚੰਡੀਗੜ੍ਹ ਵਾਲਾ ਹਵਾਈ ਅੱਡਾ ਉਹਦੇ ਤੱਕ ਜਾਣ ਦੇ ਵੇਲੇ ਵੀ ਹੈਲੀਕਾਪਟਰ ਦੀ ਵਰਤੋਂ ਕੀਤੀ ਜਾਂਦੀ ਆ ਸੋ ਇਹ ਲੋਕਾਂ ਦੇ ਪੈਸੇ ਆ ਮਾੜਾ ਮੋਟਾ ਤਰਸ ਕੀਤਾ ਜਾਵੇ ਇਹਦੇ ਉੱਤੇ ਮੁਲਾਜ਼ਮਾਂ ਨੂੰ ਦੇਣ ਵਾਸਤੇ ਤਨਖਾਹਾਂ ਹੈ ਨਹੀਂ ਕੱਚਾ ਨੂੰ ਪੱਕੇ ਨਹੀਂ ਕਰ ਸਕਦੇ ਅਧਿਆਪਕਾ ਜਿਹੜੇ ਵਿਚਾਰੇ ਉਹ ਟੈਂਕਾਂ ਤੇ ਜਿਹੜੇ ਬੈਠੇ ਆ ਸੋ ਉਹਨਾਂ ਦੀਆਂ ਮੰਗਾਂ ਸੁਣਨ ਦੀ ਥਾਂ ਦੇ ਉੱਤੇ ਆਪਾਂ ਹੈਲੀਕਾਪਟਰ ਨੂੰ ਐਂ ਗੇੜੇ-ਗੂੜੇ ਕੱਢੀ ਜਾਂਦੇ ਆ ਮਾੜਾ ਮੋਟਾ ਇਸ ਮਸਲੇ 'ਤੇ ਸੋਚਣਾ ਚਾਹੀਦਾ ਬਿਲਕੁਲ ਟਨ ਸਰ ਮੈਂ ਪਹਿਲਾਂ ਵੀ ਇੱਕ ਵਾਰੀ ਗੱਲ ਕੀਤੀ ਸੀ ਕਿ ਹੈਲੀਕਾਪਟਰ ਦੇ ਵਿੱਚ ਜਦੋਂ ਬੱਚਿਆਂ ਨੇ ਝੂਟੇ ਦਿੱਤੇ ਸੀ ਤੇ ਕਿਤੇ ਨਾ ਸਰਕਾਰੋ ਕੁਝ ਕਰੋ ਥੋੜਾ ਜਿਹਾ ਕਿ ਇਹ ਨੌਜਵਾਨੀ ਆ ਇਹਨਾਂ ਜਹਾਜ਼ਾਂ 'ਚ ਬੈਠਣ ਦੇ ਸੁਪਨੇ ਦੇਖ ਰਹੀ ਹੈ ਕਿ ਮੈਂ ਪੰਜਾਬ ਛੱਡ ਕੇ ਵਿਦੇਸ਼ ਚਲੇ ਜਾਣਾ ਮੈਂ ਕੈਨੇਡਾ ਚਲੇ ਜਾਣਾ ਮੈਂ ਅਮਰੀਕਾ ਚਲੇ ਜਾਣਾ ਕਿਉਂਕਿ ਪੰਜਾਬ ਦੀਆਂ ਸਰਕਾਰਾਂ ਨੇ ਪੰਜਾਬ ਦਾ ਮਾਹੌਲ ਹੀ ਅਜਿਹਾ ਬਣਾਤਾ ਕਿ ਇੱਥੇ ਰਹਿ ਹੀ ਨਹੀਂ ਸਕਦੇ ਤੇ ਸਾਫ਼ ਤਾਂ ਝੂਟੇ ਦਿੰਦੇ ਨੇ ਕਿ ਬੈਠੋ ਆਓ ਬੈਠੋ ਜਹਾਜ਼ਾਂ 'ਚ ਬੈਠੋ ਤੇ ਜਾਓ ਬਿਲਕੁਲ ਤੁਹਾਡੀ ਗੱਲ ਸਹੀ